ਸਾਰੇ ਮੂੰਹ ਤੇ ਟਿਆ ਨਾ ਵਜੇ ਨਾ ਗਲਤ ਲੱਗੀ ਜਾਂਦਾ ਪਤਾ ਤਾਂ ਲੱਗੀ ਨਹੀਂ ਕਿਧਰੋਂ ਆਇਆ ਛੋਟਾ ਚੈੱਕ ਮੇਰਾ ਨਾਮ ਸਾਹਿਬ ਸਿੰਘ ਸੰਧੂ ਜੀ ਹਰੀਕੇ ਤੋਂ ਅਤੇ ਸਾਡੀ ਆਪਣੀ ਦੁਕਾਨ ਹਰੀਕੇ ਸੰਧੂ ਇਲੈਕਟ੍ਰੋਨਿਕਸ, ਉੱਥੇ ਸਾਡੇ ਮੋਬਾਈਲਾਂ ਦੀ ਚੋਰੀ ਹੋ ਗਈ ਜੀ ਪਿਛਲੇ ਕੁਝ ਦਿਨ ਜਨਵਰੀ ਮਹੀਨੇ ਦੇ ਵਿੱਚ, ਜਿਹਦੇ ਵਿੱਚ ਕੁਝ ਨਵੇਂ ਮੋਬਾਈਲ ਅਤੇ ਪੁਰਾਣੇ ਮੋਬਾਈਲ ਜਿਹੜੇ ਲੋਕਾਂ ਦੇ ਬਣਨ ਵਾਸਤੇ ਆਏ ਚੋਰੀ ਹੋ ਗਏ ਸੀ, ਪਿੱਛੋਂ ਦਰਵਾਜ਼ਾ ਤੋੜ ਕੇ ਕਰੀਬ 30 ਦੇ ਕਰੀਬ ਮੋਬਾਈਲ ਚੋਰੀ ਹੋਏ ਸੀ। ਅਸੀਂ ਚੋਰ ਨੂੰ ਆਪਣੇ ਲੈਵਲ 'ਤੇ ਆਈਡੈਂਟੀਫਾਈ ਵੀ ਕਰ ਲਿਆ, ਪੁਲਿਸ ਨਾਲ ਕੰਟੈਕਟ ਵੀ ਕੀਤਾ, ਪਰ ਪੁਲਿਸ ਨੇ ਮੌਕੇ 'ਤੇ ਪਰਚਾ ਦਰਜ ਕਰਨ ਤੋਂ ਇਹ ਬੰਦਾ ਫੜਨ ਦੇ ਵਿੱਚ ਆਨਾਕਾਨੀ ਕਰਦੀ ਰਹੀ, ਫਿਰ ਬੰਦਾ ਅਸੀਂ ਟਰੇਸ ਵੀ ਕਰ ਲਿਆ, ਸਾਰਾ ਕੁਛ ਅਸੀਂ ਆਪਣੇ ਲੈਵਲ 'ਤੇ ਕਾਰਵਾਈ ਕੀਤੀ ਆ, ਜਿੰਨੇ ਜੋਗੇ ਅਸੀਂ ਹੈਗੇ ਉਸ ਤੱਕ ਪਹੁੰਚੇ। ਬੰਦੇ ਦਾ ਪਿਛੋਕੜ ਵੀ ਚੋਰੀਆਂ ਕਰਨਾ ਹੀ ਆ, ਪੁਲਿਸ ਜੀ ਕਹਿੰਦੀ ਉੱਥੋਂ ਦੇ ਕੁਝ ਮੁਤਬਰ ਬੰਦੇ ਉਹਦੇ ਪਿੱਛੇ ਆਏ ਆ, ਤਾਂ ਉਹ ਕਹਿੰਦੇ ਅਸੀਂ ਬੰਦੇ ਨੂੰ ਲੈ ਕੇ ਆਵਾਂਗੇ, ਪਰ ਵਾਰ ਵਾਰ ਸਾਨੂੰ ਵੇਟ ਕਰਨ ਦੇ ਕਾਫੀ ਮਹੀਨੇ ਬੀਤ ਜਾਣ ਦੇ ਬਾਵਜੂਦ ਨਾ ਤਾਂ ਮੁਤਬਰ ਬੰਦੇ ਬੰਦਾ ਲੈ ਕੇ ਆਏ ਆ, ਨਾ ਪੁਲਿਸ ਨੇ ਬੰਦਾ ਫੜਨ ਦੀ ਕੋਸ਼ਿਸ਼ ਕੀਤੀ ਆ। ਜੇ ਪੁਲਿਸ ਕਹਿੰਦੀ ਆ ਜੀ ਬੰਦਾ ਘਰ ਨਹੀਂ ਹੈਗਾ, ਅਸੀਂ ਰੇਡ ਕਰਕੇ ਆਏ ਹਾਂ, ਜੇ ਅਸੀਂ ਆਪਣੇ ਲੈਵਲ 'ਤੇ ਪਤਾ ਕਰਦੇ ਹਾਂ ਆਪਣੇ ਸੋਰਸਾਂ ਤੋਂ, ਉਹ ਕਹਿੰਦੇ ਆ ਬੰਦਾ ਇਸ ਟਾਈਮ ਵੀ ਘਰ ਆ, ਪਰ ਪੁਲਿਸ ਆਏ ਕਹਿੰਦੀ ਆ ਬੰਦਾ ਸਾਨੂੰ ਘਰ ਨਹੀਂ ਮਿਲਿਆ। ਹਾਂਜੀ, ਕੋਈ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਹੈਗੇ ਆ, ਮੌਜੂਦਾ ਸਿਆਸੀ ਪਾਰਟੀਆਂ ਨਾਲ ਸੰਬੰਧਿਤ, ਜਿਵੇਂ ਮੋਤਵਾਰ ਬੰਦੇ ਜਿਹੜੇ ਉਹਦੇ ਨਾਲ ਆਏ ਜਾਂ ਪਿੱਛੇ ਆਏ, ਉਹਦੇ ਉਹਦਾ ਕੰਮ ਮੇਨ ਚੋਰੀਆਂ ਕਰਨਾ ਜਾਂ ਪਿੰਡ ਵਾਲੇ ਵੀ ਉੱਥੋਂ ਕਾਫੀ ਦੁਖੀ ਹੈ, ਪਿਛਲੇ ਦਿਨ ਹੀ ਉਹ ਕਾਫੀ ਚੋਰੀਆਂ ਵਗੈਰਾ ਕਰਦਾ ਆ ਰਿਹਾ ਸ਼ੁਰੂ ਤੋਂ ਹੀ। ਉਹ ਮੈਂ ਜੀ ਇਨਸਾਫ ਦੀ ਮੰਗ ਕਰਦਾ ਵੀ ਮੇਰਾ ਜੋ ਨੁਕਸਾਨ ਹੋਇਆ ਉਹਦੀ ਭਰਪਾਈ ਕਰਾਈ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਦਾ ਆਉਣ ਵਾਲੇ ਸਮੇਂ 'ਚ ਇਸ ਚੋਰ ਤੋਂ ਹੋਰ ਬਚਾਅ ਹੋ ਸਕੇ। ਥਾਣੇ ਐਸ ਐਚ ਓ ਕਹਿੰਦੀ ਵੀ ਉਹਨਾਂ ਦੇ ਜਿਹੜੇ ਮੋਤਵਾਰ ਬੰਦੇ ਹੈਗੇ ਤੁਸੀਂ ਉਹਨਾਂ ਨੂੰ ਮਿਲੋ, ਉਹਨਾਂ ਨਾਲ ਜਾ ਕੇ ਗੱਲਬਾਤ ਕਰ ਲਓ, ਰਾਜੀਨਾਮਾ ਕਰ ਲਓ ਵੀ ਉਹਦੇ ਘਰ ਕੁਛ ਨਹੀਂ ਹੈਗਾ ਜਾਂ ਕੁਛ ਇੱਦਾਂ ਕੁਛ ਕਰਕੇ। ਉਹਦੇ 'ਚ ਇੱਦਾਂ ਜੀ ਪਹਿਲੇ ਵੀ ਇੱਕ ਦੋ ਵਾਰਨਿੰਗਸ ਦਿੱਤੀਆਂ ਸੀਗੀਆਂ ਕਿਹੜੀ ਪਬਲਿਕ ਡੀਲਿੰਗ ਸਹੀ ਤਰ੍ਹਾਂ ਨਹੀਂ ਹੋ ਰਹੀ ਸੀ, ਅਤੇ ਇੱਕ ਫਿਰ ਇਮੀਡੀਏਟ ਜਿਹੜੀ ਸ਼ਿਕਾਇਤ ਆ ਗਈ ਸੀ ਕਿ ਚੋਰੀ ਹੋਈ ਹੋਈ ਸੀ, ਉਹਦਾ ਪਰਚਾ ਨਹੀਂ ਸੀ ਦਰਜ ਕੀਤਾ, ਔਰ ਰਾਦਰ ਜਿਹੜਾ ਬੰਦਾ ਵੀ ਟਰੇਸ ਹੋ ਗਿਆ ਸੀਗਾ, ਜਿਹੜਾ ਮਦਈ ਸੀ ਅਤੇ ਉਹਨਾਂ ਨੇ ਬੰਦਾ ਵੀ ਟਰੇਸ ਕਰ ਲਿਆ ਸੀ ਆਪਣਾ ਚੋਰ, ਉਹਦੇ ਬਾਵਜੂਦ ਵੀ ਇਹ ਉਹਦਾ ਪੈਚਅਪ ਔਰ ਕੰਪਰੋਮਾਈਜ਼ ਕਰਾਉਣ ਵਾਲੇ ਪਾਸੇ ਜਾ ਰਹੇ ਸੀ ਬਲਕਿ ਪਰਚਾ ਦੇਣ ਤੋਂ, ਤਾਂ ਉਸ ਰਿਗਾਰਡਿੰਗ ਇਹਨਾਂ ਨੂੰ ਲਾਈਨ ਹਾਜ਼ਰ ਕਰਕੇ ਸਸਪੈਂਡ ਕਰਤਾ ਸੀਗਾ। ਇਸ ਤੋਂ ਪਹਿਲੇ ਵੀ ਕੋਈ ਹੋਰ ਵੀ ਸ਼ਿਕਾਇਤਾਂ ਸੀਗੀਆਂ, ਉਹਦੀ ਵੀ ਸਾਰੀ ਹੁਣ ਇਨਕੁਆਇਰੀ 2-3 ਡਿਪਾਰਟਮੈਂਟ ਨਾਲ ਪਹਿਲੇ ਚੱਲ ਰਹੀ, ਸਾਰੀ ਇਨਕੁਆਇਰੀ ਕਰ ਰਹੇ। ਬਿਲਕੁਲ ਜੀ, ਬਿਲਕੁਲ ਵੀ ਇਨਡਿਸਿਪਲਿਨ ਫੋਰਸ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜੇ ਕਿਸੇ ਦਾ ਵੀ ਕੋਈ ਪਤਾ ਲੱਗਦਾ ਕੋਈ ਨਸ਼ੇ ਵਾਲਿਆਂ ਨਾਲ ਰਲਿਆ, ਕੋਈ
ਮਾਈਨਿੰਗ ਵਾਲਿਆਂ ਦੇ ਨਾਲ ਮਾਫੀਆ ਦੇ ਨਾਲ ਕੰਮ ਕਰ ਰਿਹਾ ਜਾਂ ਇਲੀਗਲ ਮਾਈਨਿੰਗ ਕਰਾ ਰਿਹਾ, ਤਾਂ ਮੈਂ ਇਸ ਰਾਹੀਂ ਉਹਨਾਂ ਨੂੰ ਮੁਲਾਜ਼ਮਾਂ ਨੂੰ ਵੀ ਅਗਾਹ ਕਰਨਾ ਚਾਹਾਂਗਾ ਕਿ ਇਹੋ ਜਿਹੇ ਕੰਮਾਂ 'ਚ ਪੁੱਠੇ ਕੰਮਾਂ 'ਚ ਨਾ ਪੈਣ। ਜੇ ਕੋਈ ਕਿਸ ਕੋਈ ਗੱਲ ਨੋਟਿਸ 'ਚ ਆਵੇਗੀ ਇਹੋ ਜਿਹੀ, ਤਾਂ ਸਖ਼ਤ ਕਾਰਵਾਈ ਉਹਨਾਂ ਦੇ ਖਿਲਾਫ਼ ਕੀਤੀ ਜਾਵੇਗੀ।